ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਬਹੁਤ ਜ਼ਿਆਦਾ ਕਮੈਂਟਸ ਆ ਰਹੇ ਸੀ ਵੀ R-Nait ਤੇ ਵੀਡੀਓ ਬਣਾਓ, R-Nait ਤੇ ਵੀਡੀਓ ਬਣਾਓ। ਸੋ ਫਾਈਨਲੀ ਅੱਜ ਦੀ ਵੀਡੀਓ R-Nait ਤੇ ਆ, ਤੇ ਬਾਕੀ ਤੁਹਾਨੂੰ ਪਤਾ ਹੀ ਹੈ ਇਹ ਵੀਡੀਓ ਬਿਲਕੁਲ ਮਜ਼ਾਕ 'ਚ ਬਣਾਈ ਜਾਂਦੀ ਹੈ, ਸੋ ਇਹਨੂੰ ਬਿਲਕੁਲ ਵੀ ਸੀਰੀਅਸ ਨਾ ਲਿਓ। ਚਲੋ ਫਿਰ ਕਰਦੇ ਹਾਂ ਵੀਡੀਓ ਸ਼ੁਰੂ। ਹੈਲੋ, ਕੌਣ ਤੇਰਾ ਯਾਰ ਡਿਫਾਲਟਰ? ਓ ਮੇਰੇ ਤੇ ਯਾਰ ਸਾਰੇ ਯਾਰ ਡਿਫਾਲਟਰ ਨੇ, ਤੂੰ ਕੌਣ ਬੋਲਦਾ ਬਾਈ? R-Nait। ਓ ਕਿਆ ਬਾਤ ਹੈ R-Nait, ਓ ਹੋਰ ਬਾਈ ਫਿਰ ਤੇਰੇ ਯਾਰ ਨੂੰ ਦੱਬਣ ਨੂੰ ਫਿਰਦੇ ਸੀ। ਹੈ ਮੇਰੇ ਯਾਰ ਨੂੰ? ਓ ਬਾਈ ਉਹਦਾ ਤਾਂ ਵਿਆਹ ਹੋ ਗਿਆ, ਉਹ ਤਾਂ ਪਹਿਲੇ ਘਰ ਵਾਲੀ ਦਾ ਬਥੇਰਾ ਦੱਬਿਆ ਹੋਇਆ, ਉਹਨੂੰ ਹੋਰ ਕਿਸੇ ਨੇ ਕੀ ਦੱਬਣਾ। ਬਾਈ ਇਹ ਗੱਲਾਂ ਛੱਡੋ ਯਾਰ, ਯਾਰ ਤੁਸੀਂ ਗਾਣੇ ਲਿਖਦੇ ਤੇ ਗਾਉਣੇ ਬਹੁਤ ਵਧੀਆ, ਮੈਨੂੰ ਵੀ ਸਿਖਾ ਦਿਓ ਯਾਰ। ਟਿਊਸ਼ਨ? ਕੋਈ ਚੱਕਰ ਵਾਲੀ ਗੱਲ ਨੀ, ਟਿਊਸ਼ਨ ਰੱਖ ਲਾਂਗੇ, ਤੁਸੀਂ ਬਸ ਐਂ ਦੱਸੋ ਫੀਸ ਕਿੰਨੀ ਹੈ? 250। 250? ਬਾਈ ਯਾਰ ਇਹ ਤਾਂ ਬਹੁਤ ਜ਼ਿਆਦਾ ਆ, ਥੋੜ੍ਹੀ ਜਿਹੀ ਘੱਟ ਕਰੋ ਯਾਰ ਪਲੀਜ਼। ਨਾ ਨਾ। ਉਹ ਯਾਰ ਹੁਣ ਕੀ ਕਰੀਏ, ਤਾਂ ਬੜੀ ਜ਼ਿਆਦਾ ਫੀਸ ਆ। ਐਂ ਕਰਦੇ ਹਾਂ ਬਾਈ ਨੂੰ ਬੁਲਾਉਂਦੇ ਹਾਂ ਆਪਾਂ ਆਪਣੇ ਪਿੰਡ, ਪਿੰਡ ਬੁਲਾ ਕੇ ਦੋਸਤੀ ਦੁਸਤੀ ਪਾ ਕੇ ਬਾਈ ਨਾਲ ਲਿਹਾਜ਼ ਪਾਉਂਦੇ ਹਾਂ ਨਾ। ਹੈਲੋ ਬਾਈ, ਤੁਸੀਂ ਐਂ ਕਰੋ ਸਾਡੇ ਪਿੰਡ ਆ ਜਾਓ। ਹੁਣ ਜੱਟ ਦੀ ਬਣਨਾ ਹਟ ਗਈ ਏ ਤੇਰੇ ਪਿੰਡ ਦੇ ਰਾਹਾਂ ਨਾ। ਕਿਉਂ ਮੇਰੇ ਪਿੰਡ ਦੇ ਰਾਹਾਂ 'ਚ ਟੋਏ ਪਏ ਨੇ? ਓ ਆ ਜਾਓ ਬਾਈ ਯਾਰ, ਕਾਫੀ ਕੁਫੀ ਪਿਆਵਾਂਗੇ ਤੁਹਾਨੂੰ। ਕਿਉਂ ਕਾਫੀ ਤੇ ਡਾਊਟ ਨੂੰ ਮੈਂ ਕਾਫੀ 'ਚ ਮਿੱਠਾ ਘੱਟ ਪਾ ਦੂੰਗਾ। ਨਾਲੇ ਬਾਈ ਮੈਂ ਸ਼ਕਲ ਤੋਂ ਇਹ ਜਲਾਦਾ ਯਾਰ। ਪੁੰਜ ਸਾਲੀ ਸ਼ਕਲਾਂ ਤੋਂ ਚਿੱਟੀ ਦੁਨੀਆਂ ਦਿਲ ਕਾਲੇ ਮਾਰਾ ਪਟੈਰ ਵਰਗੇ। ਓਹੋ ਬਾਈ ਯਾਰ ਇਹ ਜੀ ਗੱਲ ਕਿਤੋਂ ਸੁਣਨੀ ਮੇਰੇ ਬਾਰੇ? ਹੈ ਤੇਰੀ ਕਿਸੇ ਸਹੇਲੀ ਤੋਂ? ਕਿਸੇ ਸਹੇਲੀ ਤੋਂ? ਉਹ ਨਾਲੇ ਬਾਈ ਕਿਸੇ ਸਹੇਲੀ ਤੋਂ ਕੀ ਮਤਲਬ? ਕਿਸੇ ਸਹੇਲੀ ਨੂੰ? ਮੇਰੀ 10 ਸਹੇਲੀਆਂ ਨੇ। ਉਹ ਵੈਸੇ ਬਾਈ 10 ਕੀ, ਮੇਰੀ ਤਾਂ ਇੱਕ ਵੀ ਨਹੀਂ ਹੈਗੀ। ਓ ਬਾਈ ਨਾਲ ਇਹ ਤਾਂ ਗਲਤ ਗੱਲ ਹੈ ਯਾਰ, ਮੈਂ ਤਾਂ ਤੁਹਾਡਾ ਨੰਬਰ ਆਪਣੇ ਫੋਨ 'ਚੋਂ ਡਿਲੀਟ ਕਰਨ ਲੱਗਿਆ। ਕਿੱਥੋਂ ਡਿਲੀਟ ਹੋਊ? ਉਹ ਕਿੱਥੋਂ ਕਿੱਥੋਂ ਨੂੰ ਮੈਂ ਸਾਰੇ ਪਿੰਡ ਦੇ ਫੋਨ 'ਚੋਂ ਥੋੜ੍ਹੀ ਡਿਲੀਟ ਕਰਨਾ? ਚਲੋ ਇਹ ਛੱਡੋ ਬਾਈ, ਮੈਂ ਨਾ ਤੁਹਾਨੂੰ ਇੱਕ ਸਲਾਹ ਦਿੰਦਾ। ਮੈਨੂੰ ਦਹੀਂ ਸਲਾਹਾਂ ਨਾ। ਮੈਂ ਤਾਂ ਦਊਂ ਸਲਾਹ। ਸਲਾਹ ਇਹ ਹੈ ਵੀ ਯਾਰ ਤੁਸੀਂ ਪਿੰਡ ਨਹੀਂ ਨਾ ਆ ਸਕਦੇ, ਤੁਸੀਂ ਐਂ ਕਰੋ ਸ਼ਹਿਰ ਆ ਜਾਓ। ਬਾਈ ਯਾਰ ਮਿਹਨਤ ਵਾਲੀ ਗੱਲ ਆ ਯਾਰ, ਮੈਂ ਤੁਹਾਨੂੰ ਮਿਲਣਾ ਚਾਹੁੰਦਾ ਯਾਰ। ਬਸ ਥੋੜ੍ਹੀ ਜਿਹੀ ਗੱਲ ਲੈ ਵੇਟ। ਚਲੋ ਠੀਕ ਆ ਫਿਰ ਆ ਜਾਓ 2 ਕੁ ਘੰਟੇ ਬਾਅਦ। ਹਾਂਜੀ ਹੈਲੋ ਬਾਈ, ਪਹੁੰਚ ਗਏ? ਹੈ ਉਹ ਬਾਈ ਕੀ ਵਾਦਾ, ਮੁੜ ਜਾਓ ਵਾਪਸ। ਨਾ ਨਾ ਯਾਰ, ਤਾਂ ਵਾਪਸ ਮੁੜਦਾ ਨਹੀਂ। ਉਹ ਬਾਈ ਮੈਂ ਤਾਂ ਉੱਥੇ ਹੈ ਹੀ ਨਹੀਂ। ਉੱਥੇ ਕਿਹੜਾ ਦੁਨੀਆ ਨਹੀਂ ਵਸਦੀ, ਉਹ ਜਿੱਥੇ ਹੈ ਨਹੀਂ ਤੂੰ ਮਿੱਤਰਾ। ਉਹ ਬਾਈ ਯਾਰ ਕਿਹੋ ਜਿਹੀਆਂ ਗੱਲਾਂ ਕਰੀਆਂ ਨੇ, ਐਂ ਤਾਂ ਮੈਂ ਹੁਣ ਚੰਦ ਤੇ ਨਹੀਂ ਹੈਗਾ, ਚੰਦ ਤੇ ਕਿਹੜਾ ਦੁਨੀਆ ਵਸਦੀ ਆ। ਉਹ ਨਾਲੇ ਬਾਈ ਮੈਂ ਤਾਂ ਬਦਲਾ ਲਿਆ ਯਾਰ, ਮੈਨੂੰ ਬੜਾ ਉਲਟਾ ਫੁਲਟਾ ਬੋਲਦੇ ਸੀ ਨਾ, ਮੈਂ ਤਾਂ ਗੇਮ ਪਾਈ ਆ ਫਿਰ। ਮੈਨੂੰ ਤਾਂ ਪਤਾ ਸੀ ਚੀਟ ਹੋ। ਅੱਛਾ ਜੇ ਪਤਾ ਸੀ ਫਿਰ ਗਏ ਕਿਉਂ? ਓਏ ਪੈਰ ਪੈਰ ਦੇ ਕਰਨੇ ਧੋਖੇ ਆਈਆਂ ਫਿਰ ਬਾਈ, ਮੈਨੂੰ ਬਾਹਲਾ ਉਲਟਾ ਬੋਲਦੇ ਸੀ ਨਾ, ਦਲਕ ਵਾਲੇ MRF ਟਾਇਰ ਵਰਗੇ, ਗੈਰਾਂ ਤਾਂ ਕਾਫੀ ਦੇ ਵੀ ਡਾਊਟ ਕਰਦੇ, ਮੈਨੂੰ ਬਾਹਲਾ ਉੱਚਾ ਨੇ ਮੈਂ ਬੋਲਦੇ ਸੀ, ਮੈਂ ਕਿਹਾ ਆਪਾਂ ਵੀ ਫਿਰ ਕਰੀਏ ਉੱਚੀ ਨੀਵੀਂ। ਓਏ ਉੱਚੀ ਨੀਵੀਂ ਕੀਤੀ ਤਾਂ ਹਿਸਾਬ ਲਾ ਲਿਓ। ਲੈ ਮੈਂ ਨਹੀਂ ਲਾਉਂਦਾ ਹਿਸਾਬ, ਸਾਲੇ ਵੈਸੇ ਵੀ ਮੇਰਾ ਹਿਸਾਬ ਨਾ ਥੋੜ੍ਹਾ ਜਿਹਾ ਕਮਜ਼ੋਰ ਹੀ ਹੈ, ਆਪਾਂ ਨਹੀਂ ਲਾਉਂਦੇ ਹਿਸਾਬ ਸੂਬ। ਵੈਸੇ ਬਾਈ ਕੀ ਹਿਸਾਬ ਲਾ ਲਿਓ? ਹੈ ਮੂਸੇ ਵਾਲਾ ਪਿੱਛੇ ਖੜਾ R-Nait ਤੇ। ਮੂਸੇ ਵਾਲਾ? ਓ ਬਾਈ ਯਾਰ ਤੁਸੀਂ ਤਾਂ ਸੀਰੀਅਸ ਹੀ ਲੱਗੇ ਯਾਰ, ਮੈਂ ਤਾਂ ਮਜ਼ਾਕ ਕਰਦਾ ਸੀ। ਹੁਣ ਬੈਡ ਫੀਲ ਜਿਆ ਹੁੰਦਾ? ਓ ਕੋਈ ਬੈਡ ਬੋਰਡ ਨਹੀਂ ਫੀਲ ਹੁੰਦਾ। ਓ ਨਾਲੇ ਸਿੱਧੂ ਮੂਸੇ ਵਾਲਾ ਤਾਂ ਬਹੁਤ ਵਧੀਆ ਬੰਦਾ ਹੈ, ਮੂਸੇ ਵਾਲਾ ਤਾਂ ਦਿਲ ਦਾ ਨਹੀਂ ਮਾੜਾ। ਆਓ ਦਿਲ ਦਾ ਨਹੀਂ ਮਾੜਾ ਤੇਰਾ ਸਿੱਧੂ ਮੂਸੇ ਵਾਲਾ। ਆ ਦੇਖਿਆ ਫਿਰ। ਓ ਨਾਲੇ ਬਾਈ ਯਾਰ ਤੁਹਾਨੂੰ ਪਤਾ ਤਾਂ ਆਪਾਂ ਮਜ਼ਾਕ ਕਰਦੇ ਹੁੰਦੇ ਆ, ਬੜਾ ਸੀਰੀਅਸ ਨਾ ਲਿਆ ਕਰੋ। ਚਲੋ ਚੰਗਾ ਵੀਰੇ, ਓਕੇ। ਹਾਂਜੀ ਅੱਜ ਦੀ ਵੀਡੀਓ ਲਈ ਬਸ ਇੰਨਾ ਹੀ, ਤੇ ਹੁਣ ਆਪਾਂ ਪੜ੍ਹਦੇ ਹਾਂ ਤੁਹਾਡੇ ਕਿਤੇ ਕੁਝ ਕਮੈਂਟਸ। ਪਹਿਲਾ ਕਮੈਂਟ ਹੈ ਦੀਪ ਸਿੱਧੂ ਦਾ, ਬਾਈ ਤੁਸੀਂ ਵੀਡੀਓ 'ਚ ਕਿਸੇ ਵੀ ਆਰਟਿਸਟ ਨੂੰ ਮਾੜਾ ਨਹੀਂ ਕਹਿੰਦੇ, ਫਿਰ ਵੀ ਇੰਨੀ ਘੈਂਟ ਵੀਡੀਓ ਬਣਾ ਲੈਂਦੇ ਹੋ, ਥੈਂਕ ਯੂ ਜੀ, ਥੈਂਕ ਯੂ ਸੋ ਮਚ। ਨੈਕਸਟ ਕਮੈਂਟ ਹੈ ਪ੍ਰੀਤ ਗਰੇਵਾਲਾ, ਵੀਰੇ ਤੇਰੀ ਵੀਡੀਓ ਦੀ ਸਭ ਤੋਂ ਜ਼ਿਆਦਾ ਵੇਟ ਰਹਿੰਦੀ ਆ, ਵੀਡੀਓ ਦੇਖਦੇ ਹੀ ਮਨ ਖੁਸ਼ ਹੋ ਜਾਂਦਾ, ਅਤੇ ਮੇਰਾ ਵੀ ਮਨ ਖੁਸ਼ ਹੋ ਜਾਂਦਾ ਤੁਹਾਡੇ ਵਧੀਆ ਵਧੀਆ ਕਮੈਂਟਸ ਪੜ੍ਹ ਕੇ, ਕਿਉਂਕਿ ਯਾਰ ਵੀਡੀਓ ਬਣਾਉਣ 'ਚ ਬਹੁਤ ਮਿਹਨਤ ਲੱਗਦੀ ਆ, ਹਰੇਕ ਗਾਣੇ ਦਾ ਇੱਕ ਇੱਕ ਵਰਡ ਸੁਣਨਾ ਪੈਂਦਾ, ਫਿਰ ਉਸ ਤੋਂ ਬਾਅਦ ਸਕ੍ਰਿਪਟ ਬਣਾਉਣੀ ਪੈਂਦੀ ਆ, ਪਰ ਜੋ ਤੁਸੀਂ ਵਧੀਆ ਵਧੀਆ ਕਮੈਂਟਸ ਕਰਕੇ ਐਪਰੀਸ਼ੀਏਟ ਕਰਦੇ ਹੋ ਬਹੁਤ ਵਧੀਆ ਲੱਗਦਾ, ਸੋ ਲਾਈਕ ਅਤੇ ਕਮੈਂਟ ਜ਼ਰੂਰ ਕਰਿਆ ਕਰੋ, ਅਤੇ ਇਹ ਵੀ ਬਹੁਤ ਕਮੈਂਟਸ ਹੁੰਦੇ ਨੇ ਵੀ ਤੁਸੀਂ ਟਿਕਟੋਕ ਤੇ ਵੀਡੀਓ ਬਣਾਉਂਦੇ ਜਾਂ ਨਹੀਂ ਬਣਾਉਂਦੇ, ਤੁਸੀਂ ਐਂ ਕਰੋ, ਤੁਸੀਂ ਮੈਨੂੰ ਇੰਸਟਾਗ੍ਰਾਮ ਤੇ ਫੋਲੋ ਕਰੋ, ਇੱਥੇ ਤੁਹਾਨੂੰ ਯੂਜ਼ਰਨੇਮ ਸ਼ੋਅ ਰਹਿਣਾ ਪ੍ਰਿੰਸ ਧਿਮਾਨ, ਕਿਉਂਕਿ ਮੈਂ ਟਿਕਟੋਕ ਵਾਲੀ ਵੀਡੀਓਜ਼ ਇੰਸਟਾਗ੍ਰਾਮ ਤੇ ਪਾਉਣਾ, ਜੇ ਤੁਸੀਂ ਟਿਕਟੋਕ ਤੇ ਫੋਲੋ ਕਰਨਾ ਤੁਸੀਂ ਉੱਥੇ ਵੀ ਕਰ ਸਕਦੇ ਹੋ, ਤੇ ਮੈਨੂੰ ਬਹੁਤ ਲੋਕ ਕਹਿੰਦੇ ਯਾਰ ਅਸੀਂ ਤੇਰੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਵੀ ਦਬਾਇਆ ਤਾਂ ਵੀ ਨੋਟੀਫਿਕੇਸ਼ਨ ਨਹੀਂ ਆਉਂਦੀ, ਤਾਂ ਹੁਣ ਯੂਟਿਊਬ ਤੇ ਨਵਾਂ ਸਿਸਟਮ ਆ ਗਿਆ, ਸਬਸਕ੍ਰਾਈਬ ਕਰਨ ਤੋਂ ਬਾਅਦ ਬੈਲ ਆਈਕਨ ਦਬਾਉਣ ਤੋਂ ਬਾਅਦ ਇੱਕ ਆਪਸ਼ਨ ਆਉਂਦਾ, ਉੱਥੇ ਲਿਖਿਆ ਹੁੰਦਾ ਆਲ, ਜੇ ਤੁਸੀਂ ਆਲ ਤੇ ਦਬੋਗੇ ਤਾਂ ਹੀ ਤੁਹਾਨੂੰ ਨੋਟੀਫਿਕੇਸ਼ਨ ਆਓ ਜਦੋਂ ਵੀ ਮੈਂ ਵੀਡੀਓ ਪਾਇਆ ਕਰੂੰ। ਹੁਣ ਆਪਾਂ ਮਿਲਦੇ ਨਵੀਂ ਵੀਡੀਓ 'ਚ, ਉਹ ਤੱਕ ਲਈ ਸਤਿ ਸ਼੍ਰੀ ਅਕਾਲ।